बिस्मिल्लाहिर्रहमानिर्रहीम, अस्सलाम वालेकुम। क्या हाल मेरे बहन भाइयों? अल्हम्दुलिल्लाह से ठीक हाँ। मीन देखो तुम ठीक हो सो। मैं सुबह नाल कटाई कर रही हूँ प्याज, क्योंकि सुबह नाल नाश्ता साढ़ा होंगे चाह बिस्कुट दो जड़ा नाल। मैं कड़ने रख दिता है, हूँ बना रही हूँ सालन, तो नाल भी आटा भी मैं गोन्द रख दिता है, तो इडली साढ़े सालन दुध कड़ जा सी तो बाद बना ली सा सालन। तो मैं जड़ा कटाई कर लैनी हूँ बरीक बरीक प्याज ਨਾਲ। ਕਵਾਈ ਬੋਲ ਰਿਹਾ ਸਲੀਮ ਜਿਹੜਾ, ਉਹ ਪਹੁੰਚ ਗਿਆ ਆਪਣੀ ਹਿਦਵਾਣਿਆਂ ਦੇ ਵਿੱਚ। ਸੁਬਾਹ ਨਾਲ ਅਸੀਂ ਗੱਲ ਕੀਤੀ ਆਈ ਕਿ ਉਹ ਕੱਲ੍ਹ ਆਪਣ ਗਏ ਆਣ, ਅਤੇ ਅਸੀਂ ਵੀ ਵਾਪਸੀ ਘਰ ਆ ਗਿਆ ਸੀ। ਅਤੇ ਮੈਂ ਹੁਣ ਬਰੀਕ ਬਰੀਕ ਕਟਾਈ ਕਰ ਲੈਂਦੀ ਹਾਂ ਪਿਆਜ਼। ਜਿਹੜੇ ਸਾਡੇ ਖਰਗੋਸ਼ ਹਨ ਉਹ ਸੁਬਾਹ ਸੁਬਾਹ ਨਾਲ ਵੀ ਠੰਡੀ ਜਗ੍ਹਾ 'ਤੇ ਪਹੁੰਚ ਗਏ। ਚਾਰਾ ਜਿਹੜਾ ਸੁਬਾਹ ਨਾਲ ਪਾਇਆ ਹੀ ਨਾ, ਅਤੇ ਇਸ ਦੀ ਵਜ੍ਹਾ ਤੋਂ ਪਿਆਜ਼, ਹਰੀਆਂ ਮਿਰਚਾਂ ਅਤੇ ਆਲੂ ਜਿਹੜਾ ਮੈਂ ਕਟਾਈ ਕਰ ਲੈਣ, ਅਤੇ ਅੱਗ ਵੀ ਨਾਲ ਜਲਾ ਦਿੱਤੀ ਹੈ ਦੁਬਾਰੇ। ਪਹਿਲੇ ਅੱਗ ਮੱਠੀ ਮੱਠੀ ਆਈ, ਦੁੱਧ ਕੱਢਣ ਆਈ ਨਾ, ਇਸ ਦੀ ਵਜ੍ਹਾ ਤੋਂ ਅੱਗ ਨੂੰ ਜ਼ਿਆਦਾ ਜਲਾਉਣੀ। ਮੈਂ ਰੱਖ ਦੇਣੀ ਉੱਤੇ ਤਵੀ, ਥੋੜ੍ਹੀਆਂ ਲੱਕੜੀ ਮੋਟੀਆਂ ਨਾ, ਇਸ ਦੀ ਵਜ੍ਹਾ ਤੋਂ ਅੱਗ ਜਲਦੀ ਨਹੀਂ ਲੱਗਦੀ। ਅਤੇ ਮੈਂ ਰੱਖ ਦੇਣੀ ਉੱਤੇ ਫਰਾਈ ਪੈਨ, ਨਾਲ ਪਾ ਦਿੰਦੇ ਹਾਂ ਘੀ। ਘੀ ਗਰਮ ਹੋ ਗਿਆ ਸੀ, ਉਸ ਤੋਂ ਬਾਅਦ ਪਾ ਦੀ ਸਾਂ ਪਿਆਜ਼, ਘੀ ਜਿਹੜਾ ਗਰਮ ਹੋ ਚੁੱਕਾ ਹੈ, ਅਤੇ ਮੈਂ ਵਿੱਚ ਪਾ ਦਿੱਤੇ ਪਿਆਜ਼ ਆਲੂ ਟਮਾਟਰ, ਇਹ ਨਾਲ ਫਰਾਈ ਹੋ ਜਾਂਦੇ। ਉਸ ਤੋਂ ਬਾਅਦ ਪਾ ਦੇ ਸਾਂ ਦੂਸਰੇ ਮਸਾਲੇ, ਅਤੇ ਅੱਗ ਜਿਹੜੀ ਹੈ ਨਾ, ਇਦੂ ਦੀ ਹਵਾ ਮੇਰੇ ਵੱਲੇ, ਅਤੇ ਕਾਫੀ ਧੂੰਆਂ ਆ ਰਿਹਾ। ਨਾਲ ਤੁਸੀਂ ਕਾਨੇ ਵੀ ਲਾਇਓ ਨਾ, ਕਾਨੇ ਵੀ ਲਾਇਆ ਨਾ, ਅੱਗ ਨਾ ਜਲਦੀ, ਲੱਕੜੀ ਥੋੜ੍ਹੀਆਂ ਜਿਹੀਆਂ ਮੋਟੀਆਂ ਨਾ, ਤਾਂ ਕਾਨਿਆਂ ਨਾਲ ਸਹੀ ਜਲ ਗਈ। ਅਤੇ ਖਰਗੋਸ਼ ਸਾਡੇ ਗਏ ਵਦਨ ਛਾਂ 'ਤੇ, ਇੱਕ ਪਰਲੀ ਸਾਈਡ ਲਈ ਚਾਰ ਪਾਈ ਹੇਠ ਵਧਾ, ਅਤੇ ਔਰ ਦੂਸਰਾ ਉਰਲੀ ਸਾਈਡ ਲਈ ਠੰਡੀ ਠੰਡੀ ਜਗ੍ਹਾ 'ਤੇ ਬੈਠਾ। ਅਤੇ ਅੰਮੀ ਬਣਾ ਰਹੀ ਸੁਬਹ ਸੁਬਹ ਨਾਲ ਨਾਸ਼ਤਾ, ਅਤੇ ਪਹਿਲੇ ਅਸੀਂ ਕਿਹੜਾ ਖਾਣਾ ਖਾਧਾ, ਚਾਹ ਬਿਸਕਟ ਖਾਧੇ, ਅਤੇ ਹੁਣ ਅੰਮੀ ਬਣਾ ਰਹੀ ਖਾਣਾ। ਅਤੇ ਔਰ
ਪਿਆਜ਼, ਹਰੀਆਂ ਮਿਰਚਾਂ ਅਤੇ ਇਹ ਫਰਾਈ ਹੋ ਚੁੱਕੇ ਹਨ। ਮੈਂ ਹੁਣ ਪਾ ਦਿੰਦੀ ਹਾਂ ਰਤੀਆਂ ਮਿਰਚਾਂ, ਬਿਸਮਿਲਲਾ, ਅਤੇ ਨਾਲ ਹੀ ਪਾ ਦਿੰਦੇ ਹਾਂ ਥੋੜ੍ਹੀ ਜਿਹੀ ਹਲਦੀ। ਅਤੇ ਮੈਂ ਤਾਂ ਸੁਬਹ ਸੁਬਹ ਨਾਲ ਅੰਮੀ ਨੂੰ ਆਖਿਆ ਵੀ ਤੁਸੀਂ ਬਣਾਓ ਪਰਾਠੇ, ਅਤੇ ਅੰਮੀ ਹੋਈ ਆਖ ਰਿਹਾ ਵੀ ਲੱਸੀ ਕੋਈ ਨਹੀਂ, ਨਾਲ ਪਰਾਠਿਆਂ ਦੀ ਲੱਸੀ ਚੱਲਦੀ ਹੁੰਦੀ ਹੈ। ਅਤੇ ਅਸੀਂ ਆਖਿਆ ਚਲੋ ਸੁਬਹ ਬਣਾ ਲਈ ਸਾਂ, ਰਾਤ ਨੂੰ ਲਾਇਕ ਰੱਖਦੀ ਸਾਂ, ਦੁੱਧ ਅੰਮੀ ਆਖਿਆ ਦਹੀਂ ਆਪਾਂ ਆਪ ਬਣਾ ਲਈ ਸਾਂ, ਅਤੇ ਔਰ ਸੁਬਹ ਨਾਲ ਲੱਸੀ ਰੇੜੇ ਕਲੀ ਸਾਂ, ਅਤੇ ਔਰ ਅੰਮੀ ਆਖਿਆ ਸੁਬਹ ਬਣੀ ਸਾਂ ਪਰਾਠੇ। ਅੱਜ ਆਪਣੀ ਨਾਸ਼ਤੇ ਦੇ ਵਿੱਚ ਬਣਾ ਰਹੀਏ ਆਲੂ ਅੰਡਾ। ਆਲੂ ਅੰਡਾ, ਹਾਂਜੀ। ਸਾਲਣ ਇਤਨਾ ਨਹੀਂ ਨਾ ਤਿਆਰ ਕਰਨਾ, ਸਾਲਣ ਗਰਮੀ ਦੇ ਵਿੱਚ ਸਹੀ ਨਹੀਂ ਲੱਗਦਾ ਇਤਨਾ, ਥੋੜ੍ਹਾ ਜਿਹਾ ਸਾਲਣ। ਗਰਮੀ ਦੇ ਵਿੱਚ ਲੱਸੀ ਹੋਣੀ ਚਾਹੀਦੀ ਬਸ, ਹੈ ਨਾ ਮੈਂ ਪਰਾਠੇ ਦੇ ਵਿੱਚ, ਅਤੇ ਔਰ ਲੱਸੀ ਸਾਡੇ ਕੋਲ ਕੋਈ ਨਾ ਇਸ ਦੀ ਵਜ੍ਹਾ ਸੁਬਹ ਸੁਬਹ ਨਾਲ ਪਰਾਠੇ ਕਾਹ ਨਹੀਂ ਬਣਿਆ, ਜਿਹੜੇ ਸਾਡੇ ਖਰਗੋਸ਼ ਹੈ ਉਹਦੇ ਚਲੇ ਜਾਂਦੇ, ਚਾਰਾ ਤਾਂ ਮੈਂ ਸੁਬਹ ਨਾਲ ਲਿਆਂਦਾ ਹੈ। ਚਾਰਾ ਖਾ ਕੇ ਰੱਜੇ ਹੋਣਾ ਇਸ ਦੀ ਵਜ੍ਹਾ ਤੋਂ ਖੇਡ ਰਹੇ ਹਨ। ਹਾਂਜੀ, ਸਾਲਣ ਜਿਹੜਾ ਤਿਆਰ ਹੋ ਚੁੱਕਾ, ਅਤੇ ਮੈਂ ਸਾਲਣ ਨੂੰ ਲਾ ਕੇ ਰੱਖ ਦਿੰਦੀ ਹਾਂ ਹੇਠਾਂ, ਅਤੇ ਨਾਲ ਵੀ ਰੱਖ ਦਿੰਦੀ ਹਾਂ ਤਵਾ। ਤਵੀ ਸੜੇ ਮੈਂ ਲਾ ਦਿੱਤਾ, ਤਵੀ ਜਿਹੜਾ ਚੰਬੜ ਜਾਂਦੀ ਹੈ ਫਰਾਈ ਪੈਨ ਜਿਹੜਾ ਤਵੀ ਦੇ ਨਾਲ, ਤਵਾ ਮੈਂ ਰੱਖ ਦਿੱਤਾ, ਅਤੇ ਨਾਲ ਵੀ ਪਕਾ ਲੈਂਦੇ ਹਾਂ ਰੋਟੀਆਂ। ਅਤੇ ਨਾਲ ਵੀ ਆ ਚੁੱਕੇ ਜੀ ਖਰਗੋਸ਼ ਚਾਰਾ ਖਾਣ, ਇਹਨਾਂ ਨੂੰ ਮੋੜ ਦੁਬਾਰੇ ਦੁਬਾਰੇ ਭੁੱਖ ਲੱਗ ਚੁੱਕੀ ਹੈ, ਅਤੇ ਔਰ ਅੰਮੀ ਹੋਰੀ ਸਾਡਾ ਆਪਣਾ ਖਾਣਾ ਬਣਾ ਰਹੇ ਨੇ, ਅਤੇ ਔਰ ਜਿਹੜਾ ਖਰਗੋਸ਼ ਨੇ ਉਹ ਆਪਣਾ ਚਾਰਾ ਖਾ ਰਹੇ। ਅੰਮੀ ਸੁਬਹ ਸੁਬਹ ਨਾਲ ਸਾਂਝਰੇ ਆਟਾ ਗੁੰਨ ਕੇ ਰੱਖ ਦਿੱਤਾ ਜੀ, ਬਈ ਨਿੰਮ ਹੋ ਜਾ ਸੀ ਆਟਾ। ਆਟਾ ਜਿਹੜਾ ਤਾਜ਼ਾ ਆਟੇ ਦੀ ਰੋਟੀ ਸਹੀ ਨਹੀਂ ਬਣਦੀ, ਇਸ ਦੀ ਵਜ੍ਹਾ ਤੋਂ ਆਟਾ ਮੈਂ ਪਹਿਲੇ ਗੁੰਨ ਕੇ ਰੱਖੀ ਹੋਇਆ, ਅਤੇ ਹੁਣ ਮੈਂ ਨਾਲ ਬਣਾ ਲੈਂਦੀ ਹਾਂ ਪੇੜਾ। ਅਜੀ ਕਾਫੀ ਜਿਹੜਾ ਕਵਾ ਬੋਲ ਰਿਹਾ, ਮੈਨੂੰ ਲੱਗਦਾ ਮਹਿਮਾਨ ਤਾਂ ਨਹੀਂ ਆਓ ਅੰਮੀ, ਪਤਾ ਆਊ ਉਸ ਦਿਨ ਮਹਿਮਾਨ। ਹਾਂਜੀ ਮਹਿਮਾਨ ਇਹ ਬੈਠਾ ਕਿ ਕਾਹ ਦੇ ਉੱਤੇ ਕਵਾ ਤਾਰ ਦੇ, ਜਿਹੜੀ ਸਾਡੀ ਬਿਜਲੀ ਵਾਲੀ ਤਾਰ। ਮਹਿਮਾਨ ਨੇ ਆਪਣੀ ਕਿਸਮਤ ਖਾਂਦੇ, ਆਪ ਦੀ ਕਿਸਮਤ ਨਾਲ ਲਾ ਕੇ ਆਉਂਦੇ। ਹਾਂਜੀ ਆ ਗਏ ਤਜੀਬ ਬਿਸਮਿਲਲਾ, ਪੁਰਾਣਿਆਂ ਦੀ ਹੁੰਦੀ ਮਹਿਮਾਨ ਆ ਜਾਵੇ ਤਾਂ ਖੁਸ਼ੀ ਹੁੰਦੀ ਹੈ, ਤੇ ਪੁਰਾਣਿਆਂ ਦੀ ਹੁੰਦੀ ਵੈਸੇ ਖੁਸ਼ੀ, ਔਰ ਪੁਰਾਣੇ ਰੱਬ ਦੀਆਂ ਰਹਿਮਤ ਹੁੰਦੇ। ਤੇ ਔਰ ਤੁਸੀਂ ਚੈੱਕ ਕਰ ਰਹੇ ਹੋ ਤਵਾ, ਮੈਨੂੰ ਲੱਗਦਾ ਕਾਫੀ ਗਰਮ ਹੋ ਗਿਆ ਹੋਣਾ। ਨਹੀਂ ਗਰਮ ਹੋਇਆ, ਆਗ ਮੱਠੀ ਹੈ। ਹਾਂਜੀ ਸਾਡਾ ਜਿਹੜਾ ਸੁਬਹ ਸੁਬਹ ਨਾਲ ਜਿਹੜਾ ਨੁਕਸਾਨ ਹੋਇਆ ਉਹ ਤੁਹਾਨੂੰ ਅਸੀਂ ਹੁਣੇ ਸ਼ੇਅਰ ਕਰ ਲੈਂਦੇ ਹਾਂ। ਨਾਸ਼ਤਾ ਅੰਮੀ ਬਣਾ ਰਹੀ, ਨਾਸ਼ਤਾ ਕਰਕੇ ਫਿਰ ਅਸੀਂ ਤੁਹਾਨੂੰ ਸ਼ੇਅਰ ਕਰ ਸਕਦੇ ਸਾਡਾ ਕਿਹੜਾ ਸੁਬਹ ਸੁਬਹ ਨਾਲ ਨੁਕਸਾਨ ਹੋਇਆ। ਜਿਹੜੀ ਵੀ ਚੀਜ਼ ਬੰਦਾ ਬਚਾ ਬਚਾ ਕੇ ਰੱਖੇ, ਹਾਂਜੀ ਮੁੜ ਵੀ ਨੁਕਸਾਨ ਹੋ ਜਾਂਦਾ। ਖਰਗੋਸ਼ਾਂ ਦੀ ਵਜ੍ਹਾ ਤੋਂ ਅਸੀਂ ਉੱਤਾਂ ਰੱਖੀ ਆਈ, ਅਤੇ ਖਰਗੋਸ਼ਾਂ ਦੇ ਮਗਰ ਸੁਬਹਾ ਨਾਲ ਮੈਂ ਝਾੜੂ ਲਾਉਣ ਲੱਗੀ ਹਾਂ, ਅਤੇ ਉਹ ਹੇਠ ਹਟਾ ਤਾ। ਖਾਣਾ ਜਿਹੜਾ ਤਿਆਰ ਹੋ ਚੁੱਕਾ ਹੈ, ਮੈਂ ਸਾਰੇ ਬਰਤਨ ਜਿਹੜਾ ਕੋਈ ਕਿ ਰੱਖ ਦਿੱਤੇ ਉੱਤੇ ਰੱਖ ਦਿੱਤਾ ਹੈ। ਦੁੱਧ ਚੰਗੀ ਤਰ੍ਹਾਂ ਕੱਢਣਾ, ਕਿਉਂਕਿ ਗਰਮੀ ਹੈ ਨਾ, ਗਰਮੀ ਦੀ ਵਜ੍ਹਾ ਤੋਂ ਦੁੱਧ ਖਰਾਬ ਨਾ ਹੋ ਜਾਵੇ। ਅਤੇ ਬੱਗੀ ਕਰ ਰਿਹਾ ਨਾਸ਼ਤਾ, ਨਾਸ਼ਤਾ ਹੋ ਚੁੱਕਾ ਤਿਆਰ ਜੀ। ਆਓ ਜੀ ਸਾਥ ਵਿੱਚ ਮਿਲਣਾ, ਤੁਸੀਂ ਖਾਓ, ਮੈਂ ਤਾਂ ਰਿਹਾ ਜੀ ਇਕੱਲਾ ਇਕੱਲਾ।
ਖਾ ਨਾਲ ਆ ਚੁੱਕਾ ਪਾਣੀ ਤੇ ਨਾਲ ਆ ਚੁੱਕਾ ਆਲੂ ਅੰਡੇ ਦਾ ਸਾਲਣ ਨਾਲ ਹੀ ਆਪਾਂ ਲੱਸੀ ਤਿਆਰ ਕਰਨੀ ਹੈ। ਚਾਹ ਥੋੜੀ ਜਿਹੀ ਘੱਟ ਕਰ ਦੇਣਾ। ਸੁਬਹ ਆਪਾਂ ਪਰੌਠੇ ਖਾਣੇ। ਚਾਹ ਤਾਂ ਮੈਂ ਵੈਸੇ ਹੀ ਕੋਈ ਨਹੀਂ ਪੀਂਦਾ, ਸੁਬਹ ਨਾਲ ਪੀਂਦੋ ਨਾ, ਦਿਨੇ ਨਹੀਂ ਪੀਂਦੀ, ਗਰਮੀ ਹੁੰਦੀ ਨਾ ਇਸ ਵਜ੍ਹਾ ਤੋਂ। ਕਵਾ ਜਿਹੜਾ ਕਿੱਕਰ ਤੇ ਆ ਚੁੱਕਾ, ਕਵਾ ਕਾਫੀ ਕਿੱਕਰ ਵੀ ਹਰਾ ਹਰਾ ਹੋ ਚੁੱਕਾ, ਬਾਰਿਸ਼ ਨਾਲ ਧੋਪ ਗਿਆ। ਵੈਸੇ ਵੀ ਗਰਮੀ ਆ ਚੁੱਕੀ ਹੈ, ਹਰਾ ਹਰਾ ਤਾਂ ਹੋਣਾ ਹੀ ਹੈ, ਇਹਦੀ ਛਾਂ ਵੀ ਬਣਨੀ ਹੈ ਬੜੀ ਪਿਆਰੀ ਪਿਆਰੀ। ਇਦੋਂ ਅਸੀਂ ਨਾਲ ਸ਼ੈਡ ਤਿਆਰ ਕੀਤਾ ਜੀ ਛਾਂ ਵਾਸਤੇ, ਜਿਹੜੀ ਸਾਡੀ ਕਿੱਕਾ ਦੀ ਛਾਂ ਇਹ। ਸੁਬਹਾ ਸੁਬਹਾ ਨਾਲ ਨਾਸ਼ਤਾ ਕਰਤੇ, ਕੁਛ ਚਿਰ ਅਸੀਂ ਰੈਸਟ ਕੀਤੀ ਹੈ ਤੇ ਹੁਣ ਅਸੀਂ ਹੋ ਚੁੱਕਿਆ ਹਾਂ ਪਿਛਾਵੇਂ ਕਾਫੀ ਡਾਲਿਆ ਤੇ ਮੈਂ ਜਿਹੜਾ ਪਾ ਰਹੀ ਹਾਂ ਨਾਲ ਖਰਗੋਸ਼ਾਂ ਨੂੰ ਚਾਰਾ ਬੱਗੀ ਜਿਹੜਾ ਨਾ ਚਾਰਾ ਤਾਜ਼ਾ ਤਾਜ਼ਾ ਲਾਇਆ ਹੈ, ਇਤਨਾ ਨਹੀਂ ਪਹਿਨਿਆ, ਜ਼ਿਆਦਾ ਹੋਵੇ ਤਾਂ ਇਹ ਖਰਾਬ ਕਰ ਦਿੰਦੇ ਨੇ, ਇਹ ਮੈਂ ਰੱਖ ਦਿੰਦੀ ਹਾਂ ਉੱਤਾਂ ਅਤੇ ਨਾਲ ਵੀ ਸਾਰੇ ਬਰਤਨ ਵਗੈਰਾ ਜਿਹੜਾ ਮੈਂ ਧੋ ਕੇ ਰੱਖੇ ਹੋਏ ਹਨ ਇਹਨਾਂ ਨੂੰ ਲਾ ਦਿੰਦੇ ਹਾਂ ਲੈ। ਅਤੇ ਬਾਦਲ ਹੀ ਜਿਹੜਾ ਕਾਫੀ ਅੱਜ ਮੁੜ ਆਏ ਹੋਏ ਨੇ, ਮੈਨੂੰ ਲੱਗਦਾ ਰਾਤ ਨੂੰ ਅੱਜ ਬਾਰਿਸ਼ ਆਉਣੀ ਅੰਮੀ, ਹੈ ਨਾ ਅੰਮੀ? ਮਿੱਟੀ ਜਿਹੜਾ ਮੈਂ ਵੇ ਕੇ ਰੱਖੀ ਹੋਈ ਆਈ ਬਰਤਨ ਦੇ ਵਿੱਚ ਅਤੇ ਹੁਣ ਮੈਂ ਲਾ ਦਿੰਦੀ ਹਾਂ ਲੇ। ਧੁੱਪ ਜਿਹੜਾ ਨਾ ਚੂਣ ਵਾਹਵਾ ਨਿਕਲੀ ਹੋਈ ਹੈ, ਇਡਲੀ ਸੜਨ ਨੂੰ ਲੇ ਲੱਗੇ ਹੋਏ ਮੈਨੂੰ ਤੇ ਬਰਤਨ ਸੋਹਣੇ ਲੱਗਦੇ ਨੇ। ਲੇ ਜਿਹੜਾ ਦੇਜਕੀ ਨੂੰ ਲੱਗ ਗਿਆ ਮੁਕੰਮਲ, ਇਹਨੂੰ ਰੱਖ ਦਿੰਦੇ ਹਾਂ ਖੁਸ਼ਕ ਹੋਣ ਵਾਸਤੇ ਅਤੇ ਨਾਲ ਦੋ ਦੇਜਕੀਆਂ ਇੱਕ ਕੁੰਨੀ ਵੀ ਲੇ ਲਾਉਣਾ ਉਹਨੂੰ ਵੀ। ਇਡਲੀ ਸੜਨ ਲੈ ਨਹੀਂ ਟਿਕਦੀ, ਇਹਨੂੰ ਰੱਖ ਦਿੰਦੇ ਹਾਂ ਛੱਬੇ 'ਤੇ। ਮੈਂ ਹੁਣ ਲਾ ਰਹੀ ਹਾਂ ਦੂਸਰੀ ਦੇਜਕੀ ਨੂੰ ਲੈ। ਸੁਬਹ ਨਾਲ ਜੀ ਇਹ ਹੋਇਆ ਜੀ ਸਾਡਾ ਨੁਕਸਾਨ, ਜਿਹੜੀਆਂ ਬਾਲਟੀਆਂ ਉੱਥੋਂ ਵਾਲੀਆਂ ਦੋ ਹੋ ਗਈਆਂ ਜੀ ਡਿੱਗ, ਅਤੇ ਇਹਦੀ ਥੋੜ੍ਹੀ ਜਿਹੀ ਹੋਰ ਕਰਨੀ ਪੈਂਦੀ ਸਾਨੂੰ ਮਜ਼ਬੂਤੀ, ਅਤੇ ਇਸ ਵਜ੍ਹਾ ਤੋਂ ਤੁਹਾਨੂੰ ਸੁਬਹ ਨਾਲ ਅਸੀਂ ਆਖਿਆ ਵੀ ਇਹ ਸਾਡਾ ਹੋਇਆ ਜੀ ਨੁਕਸਾਨ, ਅਤੇ ਇਹਨੂੰ ਜਿਤਨਾ ਹੀ ਅਸੀਂ ਬਚਾਇਆ ਵੀ ਖਰਗੋਸ਼ਾਂ ਦੀ ਵਜ੍ਹਾ ਤੋਂ ਉਹ ਹੇਠਾਂ ਡਿੱਗ ਗਈਆਂ ਬਾਲਟੀਆਂ, ਅਤੇ ਦੂਸਰੀਆਂ ਵੀ ਅੜੀਆਂ ਖਲੀਆਂ ਉਹਨਾਂ ਨੂੰ ਲਾ ਕੇ ਰੱਖਣਾ ਪੈਂਦਾ ਹੇਠਾਂ ਵੀ ਦੂਸਰੀ ਨਾ ਡਿੱਗ ਜਾਵੇ। ਅਤੇ ਔਰ ਅਮੀਰ ਕੀ ਕਰ ਰਹੇ? ਮੈਂ ਜਿਹੜਾ ਬੱਠਲ ਦੋਤਾ ਨਾਲ ਦੋਤਾ ਖਾਡਾ, ਅਤੇ ਹੁਣ ਮੈਂ ਦੋਵਾਂ ਕੱਪੜੇ ਬੱਗੀ ਦੇ, ਅਤੇ ਦੂਸਰੇ ਦੋਸਤਾਂ ਸੁਬਹਾ ਕੱਪੜੇ ਤਾਂ ਵਾਹ ਵਾਹ ਇਕੱਠੇ ਹੋਏ ਪੈਣ, ਅਤੇ ਦੋ ਸੂਟ ਮੈਂ ਆਖਿਆ ਧੋ ਲੈਂਦੀ ਹਾਂ ਜਿਹੜੇ ਸੁਬਹਾ ਪਾਉਣੇ। ਹਾਂਜੀ ਸੁਬਹਾ ਨਹੀਂ ਪਾਉਣੇ, ਚਲੋ ਕੁਛ ਥੋੜ੍ਹੇ ਹੋ ਜਾਂਦੇ ਨੇ ਕੱਪੜੇ, ਅਤੇ ਨਾਲ ਜਿਹੜਾ ਨਾ ਸਾਡਾ ਪਾਣੀ ਇਕੱਠਾ ਹੋਇਆ ਪਿਆ ਜਮ੍ਹਾਂ ਹੋ ਜਾਂਦਾ ਪਾਣੀ ਬਹੁਤ ਜ਼ਿਆਦਾ, ਅਤੇ ਉਹੀ ਸੁਬਹਾ ਨਾਲ ਬੱਗੀ ਨੂੰ ਮੈਂ ਆਖਿਆ ਪਾਣੀ ਕੱਢ, ਵਿਹਲਾ ਤਾਂ ਕੀਤਾ ਸੁ ਡਰਾਮ। ਹਾਂਜੀ ਅਤੇ ਹੁਣ ਮੈਂ ਬੋੜ ਲੈਂਦੀ ਹਾਂ ਕੱਪੜੇ। ਇਡਲੀ ਸਾਈਡ ਸਾਰੀਆਂ ਦੇਗੜੀਆਂ ਨੂੰ ਅੰਮੀ ਲੇ ਲਾ ਕੇ ਰੱਖ ਦਿੱਤਾ, ਕੁੰਨੀ ਨੂੰ ਔਰ ਤਿੰਨਾਂ ਦੇਗੜੀਆਂ ਨੂੰ ਲੇ ਲਾ ਕੇ ਰੱਖ ਦਿੱਤਾ, ਅਤੇ ਬਾਕੀ ਹੋ ਜਾਂਦੀਆਂ ਖੁਸ਼ਕ। ਅਤੇ ਸਰਫ ਅੰਮੀ ਆ ਚੁੱਕਾ ਨਾ, ਸਰਫ ਆਇਆ ਪਿਆ। ਹਾਂਜੀ ਬਾਦਲ ਮਾਸ਼ਾਅੱਲਾ ਕਾਫੀ ਆਏ ਹੋਏ ਨੇ, ਅਤੇ ਨਾਲ ਵੀ ਜਿਹੜਾ ਮੈਂ ਕੱਪੜੇ ਵੀ ਧੋ ਕੇ ਸੁੱਕਣੇ ਪਾ ਦਿੱਤੇ ਨੇ, ਸਾਰੇ ਕੱਪੜੇ ਨਹੀਂ ਧੋਤੇ, ਇਹ ਇੱਕ ਸੂਟ ਦੋ ਸੂਟ ਅੰਮੀ ਮੇਰੇ ਦੋ ਦਿੱਤੇ ਨੇ, ਬਈ ਮੈਂ ਪਾ ਦਿੰਦੀ ਹਾਂ ਸੁੱਕਣੇ ਰਾਤ ਨੂੰ ਅੰਦਰ ਗਾ ਦਿਸਾਂ ਬਈ ਖੁਸ਼ਕ ਹੋ ਜਾ ਸਣ, ਅਤੇ ਔਰ ਮਾਸ਼ਾਅੱਲਾ ਕਾਫੀ ਬਾਦਲ ਵੀ ਆਏ ਹੋਏ। ਅਸੀਂ ਇਹਨਾਂ ਬਈ ਬਾਰਿਸ਼ ਨਾ ਆਵੇ ਮਹੀਨਾ, ਅਤੇ ਜਿਹੜੀਆਂ ਗੰਦਾ ਮਹੀਨਾ ਇਸ ਵਜ੍ਹਾ ਤੋਂ ਅਗਲਿਆਂ ਦੇ ਕਾਫੀ ਖਰਚੇ ਹੀ ਹੋਏ ਹੋਣ, ਔਰ ਠੇਕੇ ਵੀ ਅਗਲਿਆਂ ਭਰਨੇ ਹੁੰਦੇ ਨੇ ਗੰਦਮ ਵੇਚ ਕੇ, ਅਤੇ ਕਾਫੀ ਗੰਦਮ ਖਲੀ ਨਾ ਹੁਣ ਸੁੱਕੀ ਖਲੀ ਹੁਣ ਕਟਾਈ ਹੋ ਰਹੀ, ਬਸ ਇਸ ਵਜ੍ਹਾ ਤੋਂ ਬਈ ਗੰਦਮ ਡਿੱਗ ਨਾ ਜਾਵੇ, ਡਿੱਗ ਜਾਵੇ ਤਾਂ ਫਿਰ ਗੰਦਮ ਕਾਲੀ ਹੋ ਜਾਂਦੀ ਔਰ ਖਰਾਬ ਹੋ ਜਾਂਦੀ ਹੈ ਖਾਵਣ ਦੇ ਲਾਇਕ,
ਨਹੀਂ ਆਉਂਦੀ ਤਾਂ ਮੇਰੇ ਵੱਲ ਇਸ ਵੀਡੀਓ ਕਰਨ ਦੀ ਥਾਂ ਐਂਡ ਮੇਰੀ ਟਿਕਟੋਕ ਦੀ ਆਈਡੀ ਨੂੰ ਸਪੋਰਟ ਕੀਤਾ ਕਰੋ ਔਰ ਮੇਰੇ ਚੈਨਲ ਨੂੰ ਵੀ ਸਪੋਰਟ ਕੀਤਾ ਕਰੋ, ਲਾਈਕ ਸਬਸਕ੍ਰਾਈਬ ਜ਼ਰੂਰ ਕੀਤਾ ਕਰੋ। ਸੁਬਹ ਨੈਕਸਟ ਡੇ ਮਿਲਸਾਂ, ਅੱਲਾ ਹਾਫਿਜ਼।